ਤੁਸੀਂ ਦੇਖ ਰਹੇ ਹੋ ਹਲਚਲ ਟੀਵੀ ਪੰਜਾਬੀ ਮੈਂ ਰਾਜ ਮਜੀਠੀਆ ਦੇਸ਼ ਦੀ ਆਜ਼ਾਦੀ ਦੇ 73 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰਾਂ ਦੀ ਅਣਗਹਿਲੀ ਕਾਰਨ ਅੱਜ ਵੀ ਕਈ ਥਾਵਾਂ ਤੇ ਲੋਕ ਆਪਣੀ ਮੌਲਿਕ ਸਹੂਲਤਾਂ ਤੋਂ ਵਾਂਝੇ ਨੇ ਜ਼ਿਲ੍ਹਾ ਹੁਸ਼ਿਆਰਪੁਰ ਸਬ ਡਿਵੀਜ਼ਨਲ ਗੜਸ਼ੰਕਰ ਦੇ ਬਲਾਕ ਮਹਿਲਪੁਰਾ ਦੇ ਵਾਰਡ ਨੰਬਰ 9 ਦੇ ਲੋਕ ਪਿਛਲੇ ਲਗਭਗ 40 ਸਾਲਾਂ ਤੋਂ ਝੁੰਗੀਆਂ ਝੋਪੜੀਆਂ ਵਿੱਚ ਰਹਿ ਰਹੇ ਨੇ ਇਹਨਾਂ ਦੇ ਕੋਲ ਵੋਟਰ ਕਾਰਡ ਆਧਾਰ ਕਾਰਡ ਅਤੇ ਉਹ ਸਾਰੇ ਕਾਗਜ਼ ਮੌਜੂਦ ਨੇ ਜੋ ਕਿਸੇ ਵੀ ਦੇਸ਼ ਦੇ ਨਾਗਰਿਕ ਕੋਲ ਹੋਣੇ ਚਾਹੀਦੇ ਨੇ ਇਨ੍ਹਾਂ ਝੌਂਪੜੀਆਂ ਦੇ ਵਿੱਚ 100 ਦੇ ਕਰੀਬ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਪਾਣੀ ਬਿਜਲੀ ਅਤੇ ਹੋਰ ਜ਼ਰੂਰਤਾਂ ਦੀ ਸਹੂਲਤਾਂ ਅਜੇ ਤੱਕ ਨਹੀਂ ਮਿਲੀਆਂ ਅਜਿਹਾ ਨਹੀਂ ਹੈ ਕਿ ਸਰਕਾਰ ਦੇ ਨੁਮਾਇੰਦੇ ਅਤੇ ਲੀਡਰਾਂ ਵੱਲੋਂ ਇਨ੍ਹਾਂ ਦੀ ਸਾਰ ਨਹੀਂ ਲਈ ਜਾਂਦੀ ਸਾਰ ਤਾਂ ਲਈ ਜਾਂਦੀ ਹੈ ਪਰ ਵੋਟਾਂ ਦੇ ਸਮੇਂ ਇਨ੍ਹਾਂ ਕੋਲ ਹਰ ਇੱਕ ਪਾਰਟੀ ਦਾ ਨੁਮਾਇੰਦਾ ਵੋਟ ਮੰਗਣ ਆਉਂਦਾ ਹੈ ਅਤੇ ਵੱਡੇ ਵੱਡੇ ਸੁਪਨੇ ਦਿਖਾ ਕੇ ਜਿੱਤਣ ਤੋਂ ਬਾਅਦ ਉਹਨਾਂ ਸੁਪਨਿਆਂ ਨੂੰ ਭੁੱਲ ਹੀ ਜਾਂਦਾ ਹੈ ਇੱਥੇ ਰਹਿ ਰਹੇ ਲੋਕਾਂ ਨੇ ਦੱਸਿਆ ਸਵੱਛ ਭਾਰਤ ਅਭਿਆਨ ਦੇ ਤਹਿਤ ਲੈਟਰਿੰਗਾਂ ਦੇ ਖੱਡੇ ਪੁੱਟ ਦਿੱਤੇ ਨੇ ਪਰ ਉਹਨਾਂ ਨੂੰ ਬਣਾਇਆ ਹਜੇ ਤੱਕ ਨਹੀਂ ਝੁੰਗੀ ਝੋਪੜੀ ਵਿੱਚ ਰਹਿ ਰਹੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ਰੂਰਤਮੰਦ ਦੀ ਸਹੂਲਤਾਂ ਉਪਲਬਧ ਕਰਵਾਈਆਂ ਜਾਣ ਤਾਂ ਕਿ ਉਹ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਜੀ ਸਕਣ ਇੱਥੇ ਰਹਿੰਦੇ ਨੂੰ ਵੋਟਾਂ ਦਾ ਟਾਈਮ ਹੁੰਦਾ ਹੈ ਉਸ ਵੇਲੇ ਵੋਟਾਂ ਪਵਾਉਣ ਵਾਸਤੇ ਆ ਜਾਂਦੇ ਉਹਦੇ ਬਾਅਦ 'ਚ ਕੋਈ ਸੁਵਿਧਾ ਨਹੀਂ ਦਿੰਦੇ ਸਾਨੂੰ ਪਾਣੀ ਦੀ ਸਮੱਸਿਆ ਹੈਗੀ ਲਾਈਟ ਦੀ ਸਮੱਸਿਆ ਹੈਗੀ ਘਰ ਮਕਾਨ ਦੀ ਸਮੱਸਿਆ ਹੈ ਗਲੀਆਂ ਦੀ ਸਮੱਸਿਆ ਹੈ ਲੈਟਰਿੰਗ ਬਾਥਰੂਮ ਦੀ ਸਮੱਸਿਆ ਹੈਗੀ ਸਾਰੀ ਕੁਛ ਸਮੱਸਿਆ ਹੈਗੀ ਕੋਈ ਸਾਡੀ ਹੱਲ ਨਹੀਂ ਕਰਦਾ ਜੀ ਲੀਡਰ ਕੋਈ ਆਇਆ ਬਹੁਤ ਆਉਂਦੇ ਹੈਗੇ ਜੀ ਆ ਕੇ ਤਾਂ ਚਲੇ ਜਾਂਦੇ ਆ ਬਸ ਕੋਈ ਬਾਅਦ 'ਚ ਆਉਂਦਾ ਨਹੀਂ ਹੈਗਾ ਪਹਿਲਾਂ ਆਉਂਦੇ ਆ ਵੋਟਾਂ ਦੇ ਟਾਈਮ ਸਾਰੇ ਲੀਡਰ ਆਉਂਦੇ ਆ ਜਿਹੜੇ ਵੀ ਲੀਡਰ ਆ ਗਏ ਉਹ ਕਹਿ ਕੇ ਚਲੇ ਜਾਂਦੇ ਆ ਬਾਅਦ 'ਚ ਕੋਈ ਆਉਂਦਾ ਹੀ ਨਹੀਂ ਤੁਸੀਂ ਕੀ ਚਾਹੁੰਦੇ ਅਸੀਂ ਇਹੀ ਚਾਹੁੰਦੇ ਜੀ ਵੀ ਸਾਡੀ ਕੋਈ ਸੁਵਿਧਾ ਕਰਨ ਵੀ ਲਾਈਟ ਲਵਾਵੇ ਪਾਣੀ ਦੇਣ ਜਾਂ ਲਾਈਟ ਲਵਾਵੇ ਪਾਣੀ ਲਵਾਵੇ ਕੋਈ ਲੈਟਰਿੰਗ ਸੁਵਿਧਾ ਦੇਵੇ ਕੋਈ ਨਾ ਕੋਈ ਸੁਵਿਧਾ ਤਾਂ ਸਾਨੂੰ ਦੇਵੇ ਗਰੀਬ ਬੰਦਿਆਂ ਨੂੰ ਰੱਖਾਂਗੇ ਜੀ ਅਸੀਂ ਤਾਂ ਬਹੁਤ ਪੁਰਾਣੇ ਇੱਥੇ ਰਹਿੰਦੇ ਹੈਗੇ ਸਾਨੂੰ 30-40 ਸਾਲ ਹੋ ਗਿਆ ਇੱਥੇ ਰਹਿੰਦਾ ਨੂੰ ਅਤੇ ਇੱਥੇ ਪਲੇਸਾਂ ਬਣਾਈਆਂ ਅਤੇ ਇਹਨਾਂ ਦੇ ਨਾ ਕੋਈ ਗੇਟ ਹੈਗੇ ਨਾ ਕੋਈ ਲੈਟਰਿੰਗਾਂ ਬਣਾਈਆਂ ਇਹ 2 ਲੈਟਰਿੰਗਾਂ ਬਣਾ ਕੇ ਤਾਂ ਕਹਿੰਦੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਸਾਨੂੰ ਲਾਲਚ ਦੇ ਵਿੱਚ ਪਾ ਕੇ ਸਾਡੇ ਕੋਲ ਪਰਚੀਆਂ ਲੈ ਲੈਂਦੇ ਵੋਟਾਂ ਚੁਣਾਵਾਂ ਦੀਆਂ ਅਤੇ ਫਿਰ ਕੋਈ ਆ ਕੇ ਸਾਨੂੰ ਇੱਦਾਂ ਹੀ ਕਹਿੰਦੇ ਹੈਗੇ ਜੀ ਬਈ ਹੁਣ ਸਾਡੇ ਕੋਲ ਕੁਛ ਵੀ ਨਹੀਂ ਹੈਗਾ ਬੜੇ ਬੜੇ ਲੀਡਰ ਬੜੇ ਤੋਂ ਬੜਾ ਆਉਂਦਾ ਇੱਥੇ ਲੈਣਾ ਲਾ ਕੇ ਅਤੇ ਸਾਡੀ ਸੁਣਾਈ ਨਹੀਂ ਕਰਦੇ ਹੈਗੇ ਜਿੱਥੇ ਕੋਈ ਬੁਲਾਉਂਦਾ ਉੱਥੇ ਹੀ ਅਸੀਂ ਦੌੜ ਕੇ ਚਲੇ ਜਾਂਦੇ ਇੱਕ ਬੰਦੇ ਨੇ ਸਾਡੀ ਸੁਣਾਈ ਨਹੀਂ ਕੀਤੀ ਹੈਗੀ ਗਰੀਬ ਬੰਦੇ ਹੈਗੇ ਸਾਡਾ ਕੋਈ ਮਸਲਾ ਹੱਲ ਕਰੋ ਲੈਟਰਿੰਗਾਂ ਦਾ ਕਰੋ ਇਹਨਾਂ ਦੇ ਗੇਟ ਨਹੀਂ ਲੱਗੇ ਬਾਰੀਆਂ ਨਹੀਂ ਲੱਗੀਆਂ ਕੁਆਰੀਆਂ ਕੁੜੀਆਂ ਜਵਾਨਾਂ ਜਵਾਨਾਂ ਅਸੀਂ ਕਿੱਥੇ ਜੰਗਲ ਦੇ ਵਿੱਚ ਬੈਠੇ ਕਿੱਥੇ ਕਿੱਥੇ ਜਾ ਸਕਦੇ ਅਸੀਂ ਸਾਡੀ ਮਦਦ ਕਰੋ ਅਸੀਂ ਵੀ ਗਰੀਬ ਬੰਦੇ ਬਹੁਤ 20-25-30-40 ਸਾਲ ਹੋ ਗਏ ਸਾਨੂੰ ਰਹਿੰਦਿਆਂ ਨੂੰ ਅਤੇ ਬਹੁਤ ਹੀ ਬੁਰਾ ਹਾਲ ਹੈਗਾ ਸਾਡਾ ਸਾਡੀ ਕੋਈ ਸੁਣਾਈ ਕਰੇਗਾ ਅਤੇ ਫਿਰ ਅਸੀਂ ਸੁਣਾਈ ਕਿਸੇ ਦੀ ਕਰਾਂਗੇ ਅਸੀਂ ਗਰੀਬ ਬੰਦੇ ਮੋਚੀ ਦਾ ਕੰਮ ਕਰਦੇ ਹਾਂ ਅਤੇ ਸਾਨੂੰ 30-40 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਸਾਡਾ ਸਭ ਕੁਝ ਡਾਕੂਮੈਂਟ ਇੱਥੇ ਦਾ ਬਣਿਆ ਹੈਗਾ ਅਤੇ ਸਾਡੇ ਕੋਲ ਕੋਈ ਸੁਵਿਧਾ ਨਹੀਂ ਹੈਗੀ ਇੱਥੇ ਇੱਥੇ ਨਾ ਕੋਈ ਲਾਈਟ ਦੀ ਪ੍ਰਬੰਧ ਹੈਗਾ ਨਾ ਕੋਈ ਪਾਣੀ ਦਾ ਪ੍ਰਬੰਧ ਹੈਗਾ ਨਿੱਕੇ ਨਿੱਕੇ ਬੱਚੇ ਹੈਗੇ ਅਤੇ ਬਾਕੀ ਵੱਡੇ ਵੱਡੇ ਆਉਂਦੇ ਆ ਇੱਥੇ ਝਾਸਾ ਦੇ ਕੇ ਚਲੇ ਜਾਂਦੇ ਆ ਵੀ ਸਾਡਾ ਕੋਈ ਮਸਲਾ ਹੱਲ ਕਰੋ ਬਹੁਤ ਹੀ ਸਾਡੇ ਕੋਲ ਬੰਦੇ ਆਏ ਆ ਅਤੇ ਸਾਡਾ ਕੋਈ ਉਪਾਅ ਨਹੀਂ ਕੀਤਾ ਹੈਗਾ ਬਸ